ਜੈਜ ਮੈਨਿੰਗ ਰੇਤਾ ਖੱਡੇ ਲੱਗੇ ਹੋਏ ਆ ਅਤੇ ਸਰ ਇਹ ਰਾਤ ਨੂੰ ਸਵੇਰੇ ਸ਼ਾਮ ਇਹਨਾਂ 'ਤੇ ਕੋਈ ਕਾਰਵਾਈ ਨਹੀਂ, ਕੋਈ ਕੁਝ ਨਹੀਂ। ਖੱਡੇ ਰੇਤਾ ਚੱਕੀ ਜਾਂਦੇ ਨੇ, ਕਿਸੇ 'ਤੇ ਵੀ ਕੋਈ ਕਾਰਵਾਈ ਨਹੀਂ। ਤਕੜੇ ਲੋਕ ਨੇ, ਜੇ ਕੋਈ ਮੰਨ ਕੇ ਚੱਲ ਗਰੀਬ ਕੋਈ ਮਾੜਾ ਮੋਟਾ ਕਰਦਾ ਉਹਨਾਂ ਨੂੰ ਚੁਕਾ ਦਿੰਦੇ ਆ, ਅਤੇ ਜਿਹੜੇ ਮਤਲਬ ਇਹ ਵੱਡੇ ਲੋਕ ਸਿਫਾਰਸ਼ਾਂ ਸਫੁਰਸ਼ਾਂ ਨਾਲ ਇਹ ਛੁੱਟ ਜਾਂਦੇ ਆ, ਅਤੇ ਨਾਲ ਰਾਤ ਨੂੰ ਆ ਸਾਰੀਆਂ ਸੜਕਾਂ ਸੁੜਕਾਂ ਤੋੜ ਬੰਨ ਸਾਰੀ ਕੀਤੀ ਜਾਂਦੇ ਆ। ਇਹਨਾਂ 'ਤੇ ਕੋਈ ਕਾਰਵਾਈ, ਕੋਈ ਪੁਲਿਸ ਚਾਹਵੇ ਕੋਈ ਇਹਨਾਂ ਨੂੰ ਰੋਕਥਾਮ ਹੋਣੀ ਚਾਹੀਦੀ ਆ। ਮੌਜੂਦਾ ਸਰਕਾਰ ਦੇ ਬੰਦੇ ਨੇ, ਜਦੋਂ ਇਹਨਾਂ 'ਤੇ ਕੋਈ ਹੁੰਦੀ ਆ ਟਰਾਲੇ, ਇਹਨਾਂ 'ਤੇ ਕੋਈ ਫੜਿਆ ਗਿਆ, ਇਹਨਾਂ ਸਿਫਾਰਿਸ਼ ਲਾਉਣੀ ਆ, ਫੋਨ 'ਤੇ ਇਹਨਾਂ ਦਾ ਸਾਰਾ ਕੁਝ ਹੋ ਜਾਂਦਾ। ਜਦੋਂ ਫੋਨ ਕਵਾਏ ਦਾ ਫੋਨ ਕਰਵਾ ਦਿੱਤਾ, ਕਦੇ ਕਹਿੰਦਾ ਫੋਨ ਕਰਵਾ ਦਿੱਤਾ, ਸਰਕਾਰਾਂ ਨੂੰ ਕਰੋੜਾਂ ਦਾ ਨੁਕਸਾਨ ਚੋਣਾਂ ਲਾਈ ਜਾਂਦੇ ਨੇ, ਆਪ ਇਹ ਸਾਰੇ ਮਤਲਬ ਕੀਤੀ ਜਾਂਦੇ ਨੇ। ਇਹ ਸਾਡੇ ਉੱਥੇ ਪਿੰਡ ਮਤਲਬ ਨਜਾਇਜ਼ ਮੈਨਿੰਗ ਚੱਲ ਰਹੀ ਹੈ ਰੇਤੇ ਦੀ, ਪਿੰਡ ਨੂਰਸ਼ਾਂ, ਅਤੇ ਇਸ ਦਿਨ ਰਾਤ ਸਾਨੂੰ ਪਰੇਸ਼ਾਨ ਕਰ ਰੱਖਿਆ ਇਹਨਾਂ ਨੇ। ਇਹ ਦਵਿੰਦਰ ਸਿੰਘ ਕਪਾਏ ਦੀ ਇਹਨਾਂ ਮਗਰ ਪਹੁੰਚੇ, ਤਾਂ ਕਰਕੇ ਦੂਜਾ ਹੋਰ ਕਿਸੇ ਦੇ ਚਲਾਨ ਨਹੀਂ ਦਿੰਦੇ। ਇਹਨਾਂ ਆਪ ਦਾ ਮਤਲਬ ਕਰਦੇ ਆ ਕੰਮ ਜਿੰਨਾ ਵੀ ਹੋ ਸਕੇ, ਦਿਨ ਪਰ ਰਾਤ ਹੀ ਚਲਾਈ ਖੜਿਆ, ਹੋਰ ਸੜਕਾਂ ਦਾ ਨੁਕਸਾਨ ਕਰੀ ਜਾਂਦੇ ਨੂੰ। ਇੱਥੇ ਸਾਡੇ ਪਿੰਡ ਵਾਧੂ ਉਂਝ ਹੋਰ ਵੀ ਕਰਦੇ ਆ, ਪਰ ਇਹ ਹੋਰਾਂ ਨੂੰ ਪਕੜਾ ਦਿੰਦੇ ਅਤੇ ਆਪਦਾ ਬਸ ਚਲਾਈ ਰੱਖਦੇ ਨੂੰ। ਹੈਗੇ ਛਮਟਾ ਸਰਪੰਚ ਹੈ ਲਾਦੂਕਾ ਤੋਂ, ਬਾਈ ਦੀ ਪਹੁੰਚ ਹੈ ਇਹਨਾਂ ਦੇ ਪਿੱਛੇ, ਤਾਂ ਕਰਕੇ ਆਪਦਾ ਜ਼ੋਰ ਵਿਖਾਇਆ ਕਿ ਦਿਨ ਪਰ ਰਾਤ ਚਲਾਈ ਖੜੇ, ਦਿਨ ਪਰ ਰਾਤ ਹੀ ਚੱਲੇ ਰਹਿੰਦੇ ਆ, ਕੋਈ ਇਹਨਾਂ ਨੂੰ ਰੋਕ ਟੋਕ ਨਹੀਂ ਹੈਗੀ। ਆਹ ਹੁਣ ਇੱਕ ਪਕੜ ਕੇ ਲਿਆਉਂਦੀ ਨੇ, ਇਹ ਹੁਣੇ ਫੋਨ ਆ ਕੇ ਤਾਂ ਉਹਨੇ ਛੁੱਟ ਜਾਊਗੀ। ਹਾਂ, ਦਵਿੰਦਰ ਸਿੰਘ ਬਾਈ ਨੇ ਹੁਣੇ ਫੋਨ ਕਰਤਾ ਅਤੇ ਛੁੱਟ ਜਾਏਗੀ। ਨਜਾਇਜ਼ ਮਾਈਨਿੰਗ ਦੇ ਅਗੇਂਸਟ ਤਾਂ ਸਾਡੀ ਪੂਰੀ ਮਤਲਬ ਚੈਕਿੰਗ ਚੱਲ ਰਹੀ ਹੈ, ਜਿਹੜੇ ਬੰਦੇ ਵੀ ਨਜਾਇਜ਼ ਮਾਈਨਿੰਗ ਕਰ ਰਹੇ ਆ ਉਹਨਾਂ ਦੇ ਅਗੇਂਸਟ ਪ੍ਰੋਪਰ ਲੀਗਲ ਕਾਰਵਾਈ ਕੀਤੀ ਜਾਂਦੀ ਹੈ। ਪਹਿਲਾਂ ਵੀ 6-7 ਵਹੀਕਲ ਅਸੀਂ ਜਿਹੜੇ ਮਾਈਨਿੰਗ ਕਰਦੇ ਸੀ ਕਬਜ਼ੇ 'ਚ ਲੈ ਕੇ, ਅਤੇ ਦੋਸ਼ੀਆਂ ਦੇ ਅਗੇਂਸਟ ਮੁਕੱਦਮੇ ਦਰਜ ਕਰਕੇ ਤੁਸੀਂ ਸ਼ਾਮਲ 'ਚ ਲੈਂਦੀ ਹੈ, ਅਤੇ ਫਰਦਰ ਵੀ ਗਾਇਬ ਗਏ ਅਸੀਂ ਚੈੱਕ ਕਰ ਰਹੇ ਹਾਂ, ਜਿਹੜਾ ਬੰਦਾ ਨਜਾਇਜ਼ ਮਾਈਨਿੰਗ ਕਰ ਰਿਹਾ ਉਹਨਾਂ ਦੇ ਖਿਲਾਫ਼ ਕਾਨੂੰਨ ਦੇ ਦਾਇਰੇ 'ਚ ਲੈ ਕੇ ਕਾਰਵਾਈ ਕੀਤੀ ਜਾ ਰਹੀ ਹੈ। ਅੱਜ ਵੀ ਕੋਈ ਹਾਂ ਅੱਜ ਵੀ ਇੱਕ ਚੈਕਿੰਗ ਦੌਰਾਨ ਕਟਰਾਲੀ ਸਾਨੂੰ ਸਸਪੈਕਟਡ ਤੌਰ 'ਤੇ ਮਿਲੀ ਹੈ, ਲੇਕਿਨ ਉਹਦੀ ਵੈਰੀਫਾਈ ਕਰਨ ਤੋਂ ਬਾਅਦ ਉਹਦੇ ਅਗੇਂਸਟ ਕਾਰਵਾਈ ਕੀਤੀ ਜਾਵੇਗੀ। ਹਾਂ, ਦੋ ਤਿੰਨ ਥਾਵਾਂ 'ਤੇ ਇਹ ਦੱਸਦੇ ਆ ਕੋਈ ਜਿੱਥੇ ਸ਼ਿਕਾਇਤ ਆ ਰਹੀ ਹੈ ਉੱਥੇ ਇਹ ਮੁਕੱਦਮੇ ਦਰਜ ਕੀਤੇ ਜਿੱਥੋਂ